नहीं ये तो भी बैड रही है मिट्टी ना बैड रही है बट दो भी आपको नहीं दिखाई नहीं दिया सर ऊपर सर ऊपर नहीं खोल रही यार सर अच्छी सर इधर आओ जी सर पहली खुल रही है जब मैं आया पहले सीधी सी चल होली 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 बाहर हो जा रही है बड़ी आवली से पहली सीधी से करन जरा दाद पर निकल आयो जरा कोने वाला पागल लग रहा है सही पर किसी नीचे न खड़े ना सर बजरी गिर रही है हूं बार-बार इधर बीच हाँ जी मेरा नाम धर्म सिंह है जी मैं इतने एसपी हैं अपने कॉपिटल ग्रीन आर्मिंग के ਮੈਨੂੰ ਸਾਡੇ ਮੇਅਰ ਸਾਹਿਬ ਅਤੇ ਕ੍ਰਿਸ਼ਨ ਸਾਹਿਬ ਨੇ ਇੱਥੇ ਭੇਜਿਆ ਸੀ ਰਾਤੀ ਫੋਨ ਆਇਆ ਸੀ ਉਹਨਾਂ ਦਾ ਮੀਂਹ ਕਿ ਮੌਕਾ ਦੇਖ ਕੇ ਆਓ ਅਤੇ ਕੀ ਕਾਰਨ ਹੋਇਆ ਜੋ ਮੌਕੇ 'ਤੇ ਆ ਕੇ ਮੈਂ ਦੇਖਿਆ ਹੈ ਉਸ ਅਨੁਸਾਰ ਇਹ ਜਿਹੜਾ ਸਾਡਾ ਡੈਮ ਬਣਿਆ ਹੈ ਪਿੱਛੇ ਉਹ ਡੰਪ ਦੇ ਵਿੱਚ ਚੂਹੇ ਪੈਦਾ ਹੋ ਗਏ ਚੂਹੇ ਦੇ ਨਾਲ ਪੈਦਾ ਹੋਣ ਨਾਲ ਜਿਹੜੀ ਮਿੱਟੀ ਥੱਲੇ ਫਾਊਂਡੇਸ਼ਨ ਦਿੱਤੀ ਟ੍ਰੇਨਿੰਗ ਵਾਲ ਦੀ ਉਹਨਾਂ ਨੇ ਬਾਹਰ ਕੱਢਤੀ ਉਹ ਮਿੱਟੀ ਖਾਲੀ ਹੋਣ ਨਾਲ ਥੱਲੇ ਉਹ ਸੈਟਲਮੈਂਟ ਹੋ ਗਈ ਉਹ ਸੈਟਲਮੈਂਟ ਹੋ ਗਈ ਜਿਹੜੀ ਟ੍ਰੇਨਿੰਗ ਵਾਲ ਦਾ ਪਾਸਾ ਹੈ ਉਹ ਗਿਰ ਗਿਆ ਜਿਹੜਾ ਕ੍ਰੀਟ ਦਾ ਪੋਰਸ਼ਨ ਹੈ ਉਹ ਬਿਜਲਾ ਬਿਲਕੁਲ ਠੀਕ ਹੈ ਜਿੱਥੇ ਸਿਰਫ ਮਿੱਟੀ ਵਾਲਾ ਪੋਰਸ਼ਨ ਸੀ ਉਹੀ ਥੱਲੇ ਉਹ ਥੱਲੇ ਆਈ ਹੈ ਦੀਵਾਰ ਉਹਦੀ ਟ੍ਰੇਨਿੰਗ ਵਾਲਾ ਜੀ ਮਿੱਟੀ ਦੇ ਕਾਰਨ ਅਤੇ ਸਰ ਕੋਈ ਬਾਕੀ ਟ੍ਰੈਫਿਕ ਅਸੀਂ ਉੱਤੋਂ ਰੋਕਿਆ ਮੈਂ ਦੇਖਿਆ ਟ੍ਰੈਫਿਕ ਉੱਥੇ ਰੋਕਿਆ ਹੋਇਆ ਜੀ ਉਹ ਟ੍ਰੈਫਿਕ ਅਸੀਂ ਹਜੇ ਰੋਕਾਂਗੇ ਜਦ ਤੱਕ ਰਿਪੇਅਰ ਨਹੀਂ ਕਰਦੇ ਅਸੀਂ ਨਹੀਂ ਕਿਉਂ ਚਾਂਸ ਲੈਣਾ ਵੀ ਅਸੀਂ ਟ੍ਰੈਫਿਕ ਨੂੰ ਚਲਾਈਏ ਕਿਉਂਕਿ ਇਹ ਟ੍ਰੈਫਿਕ ਚਲਾਉਣਾ ਠੀਕ ਨਹੀਂ ਹੋਏਗਾ ਜਦ ਤੱਕ ਥੱਲੇ ਨੂੰ ਦੁਬਾਰਾ ਮਿੱਟੀ ਭਰ ਕੇ ਰਿਪੇਅਰ ਨਹੀਂ ਕਰਦੇ